ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਅੱਜ ਪਵਿੱਤਰ ਦਿਹਾੜਾ ਵਿਸਾਖੀ ਦਾ ਕਲੋਹ ਦੀ ਸਾਰੀ ਸੰਗਤ ਵੱਲੋਂ ਮਨਾਇਆ ਜਾ ਰਿਹਾ ਹੈ। ਸਪੇਨ ਦੇ ਕੋਨੇ ਕੋਨੇ ਤੋਂ ਸੰਗਤ ਇੱਥੇ ਪਹੁੰਚੀ ਹੈ। ਅਸੀਂ ਲੋਹ ਦੀ ਸੰਗਤ ਵੱਲੋਂ ਜਿੰਨੀ ਵੀ ਸੰਗਤ ਸਰ ਉਹ ਬਾਹਰੋਂ ਆਈ ਹੈ ਉਹਨਾਂ ਦਾ ਜੀ ਆਇਆਂ। ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਇਸੇ ਤਰ੍ਹਾਂ ਇਹ ਖੁਸ਼ੀਆਂ ਦੇ ਦਿਨ ਆਉਂਦੇ ਰਹਿਣ, ਅਸੀਂ ਇਸੇ ਤਰ੍ਹਾਂ ਹੀ ਮਨਾਉਂਦੇ ਰਹੀਏ ਔਰ ਗੁਰੂ ਚਰਨਾਂ ਦੇ ਨਾਲ ਲੱਗੇ ਰਹੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਅੱਜ ਪਵਿੱਤਰ ਦਿਹਾੜਾ ਵਿਸਾਖੀ ਦਾ ਕਲੋਹ ਦੀ ਸਾਰੀ ਸੰਗਤ ਵੱਲੋਂ ਮਨਾਇਆ ਜਾ ਰਿਹਾ ਹੈ। ਸਪੇਨ ਦੇ ਕੋਨੇ ਕੋਨੇ ਤੋਂ ਸੰਗਤ ਇੱਥੇ ਪਹੁੰਚੀ ਹੈ। ਅਸੀਂ ਲੋਹ ਦੀ ਸੰਗਤ ਵੱਲੋਂ ਜਿੰਨੀ ਵੀ ਸੰਗਤ ਸਰ ਉਹ ਬਾਹਰੋਂ ਆਈ ਹੈ ਉਹਨਾਂ ਦਾ ਜੀ ਆਇਆਂ। ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਇਸੇ ਤਰ੍ਹਾਂ ਇਹ ਖੁਸ਼ੀਆਂ ਦੇ ਦਿਨ ਆਉਂਦੇ ਰਹਿਣ, ਅਸੀਂ ਇਸੇ ਤਰ੍ਹਾਂ ਹੀ ਮਨਾਉਂਦੇ ਰਹੀਏ ਔਰ ਗੁਰੂ ਚਰਨਾਂ ਦੇ ਨਾਲ ਲੱਗੇ ਰਹੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਅੱਜ ਪਵਿੱਤਰ ਦਿਹਾੜਾ ਵਿਸਾਖੀ ਦਾ ਕਲੋਹ ਦੀ ਸਾਰੀ ਸੰਗਤ ਵੱਲੋਂ ਮਨਾਇਆ ਜਾ ਰਿਹਾ ਹੈ। ਸਪੇਨ ਦੇ ਕੋਨੇ ਕੋਨੇ ਤੋਂ ਸੰਗਤ ਇੱਥੇ ਪਹੁੰਚੀ ਹੈ। ਅਸੀਂ ਲੋਹ ਦੀ ਸੰਗਤ ਵੱਲੋਂ ਜਿੰਨੀ ਵੀ ਸੰਗਤ ਸਰ ਉਹ ਬਾਹਰੋਂ ਆਈ ਹੈ ਉਹਨਾਂ ਦਾ ਜੀ ਆਇਆਂ। ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਇਸੇ ਤਰ੍ਹਾਂ ਇਹ ਖੁਸ਼ੀਆਂ ਦੇ ਦਿਨ ਆਉਂਦੇ ਰਹਿਣ, ਅਸੀਂ ਇਸੇ ਤਰ੍ਹਾਂ ਹੀ ਮਨਾਉਂਦੇ ਰਹੀਏ ਔਰ ਗੁਰੂ ਚਰਨਾਂ ਦੇ ਨਾਲ ਲੱਗੇ ਰਹੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਅੱਜ ਪਵਿੱਤਰ ਦਿਹਾੜਾ ਵਿਸਾਖੀ ਦਾ ਕਲੋਹ ਦੀ ਸਾਰੀ ਸੰਗਤ ਵੱਲੋਂ ਮਨਾਇਆ ਜਾ ਰਿਹਾ ਹੈ। ਸਪੇਨ ਦੇ ਕੋਨੇ ਕੋਨੇ ਤੋਂ ਸੰਗਤ ਇੱਥੇ ਪਹੁੰਚੀ ਹੈ। ਅਸੀਂ ਲੋਹ ਦੀ ਸੰਗਤ ਵੱਲੋਂ ਜਿੰਨੀ ਵੀ ਸੰਗਤ ਸਰ ਉਹ ਬਾਹਰੋਂ ਆਈ ਹੈ ਉਹਨਾਂ ਦਾ ਜੀ ਆਇਆਂ। ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਇਸੇ ਤਰ੍ਹਾਂ ਇਹ ਖੁਸ਼ੀਆਂ ਦੇ ਦਿਨ ਆਉਂਦੇ ਰਹਿਣ, ਅਸੀਂ ਇਸੇ ਤਰ੍ਹਾਂ ਹੀ ਮਨਾਉਂਦੇ ਰਹੀਏ ਔਰ ਗੁਰੂ ਚਰਨਾਂ ਦੇ ਨਾਲ ਲੱਗੇ ਰਹੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।